ਜੁਆਇੰਟ ਟੀਚਰ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਸੈਕਟਰ 20 ਦੇ ਵਿੱਚ ਮਸਜਿਦ ਗਰਾਊਂਡ ਦੇ ਵਿੱਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਜੁਆਇੰਟਲੀ ਸਾਰੇ ਟੀਚਰ ਅੱਜ ਇੱਥੇ ਇਕੱਠੇ ਹੋਏ ਨੇ ਮੰਗਾਂ ਨੂੰ ਲੈ ਕੇ। ਤਸਵੀਰਾਂ ਇੱਕ ਵਾਰ ਦਿਖਾ ਦਿੰਦੇ, ਸਾਰੀਆਂ ਤਸਵੀਰਾਂ ਵੱਡੀ ਗਿਣਤੀ ਦੇ ਵਿੱਚ ਇਕੱਠ ਇੱਥੇ ਦੇਖਣ ਨੂੰ ਮਿਲਿਆ ਕਿ ਕੁਛ ਮੰਗਾਂ ਹੈਗੀਆਂ ਨੇ ਜਿਹੜੀਆਂ ਮਹਿਕਮੇ ਦੇ ਨਾਲ ਸੰਬੰਧਿਤ ਨੇ, ਲਗਾਤਾਰ ਚੱਕੀਆਂ ਜਾ ਰਹੀਆਂ, ਲੇਕਿਨ ਹਾਲੇ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੋ ਸਕੀਆਂ। ਸਾਡੇ ਨਾਲ ਇੱਥੇ ਰਣਵੀਰ ਝੋਰਟ ਜੀ ਹੈਗੇ ਨੇ, ਇਹਨਾਂ ਨਾਲ ਗੱਲਬਾਤ ਕਰਦੇ ਨੇ। ਪ੍ਰਧਾਨ, ਆਖਿਰ ਕਿਹੜੀਆਂ ਕਿਹੜੀਆਂ ਮੰਗਾਂ ਇਹਨਾਂ ਦੀਆਂ ਹੈਗੀਆਂ ਅਤੇ ਇਹਨਾਂ ਮੰਗਾਂ ਨੂੰ ਲੈ ਕੇ ਕਿੰਨੀ ਕੁ ਵਾਰ ਮੀਟਿੰਗਸ ਹੋ ਚੁੱਕੀਆਂ ਅਤੇ ਮੰਗਾਂ ਪੂਰੀਆਂ ਕਿਉਂ ਨਹੀਂ ਹੋ ਰਹੀਆਂ? ਚੋੜ ਸਾਹਿਬ, ਪਹਿਲਾਂ ਤਾਂ ਇਹ ਦੱਸੋ ਵੀ ਮੰਗਾਂ ਕਿਹੜੀਆਂ ਕਿਹੜੀਆਂ ਹੈਗੀਆਂ, ਇਹਨਾਂ ਮੰਗਾਂ ਨੂੰ ਲੈ ਕੇ ਮੀਟਿੰਗ ਕਦੋਂ ਕਦੋਂ ਹੋ ਚੁੱਕੀ ਹੈ, ਕਿਉਂ ਨਹੀਂ ਪੂਰੀਆਂ ਹੋ ਰਹੀਆਂ? ਪਹਿਲਾਂ ਤਾਂ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡੇ PTC ਚੈਨਲ ਦਾ, ਜਿਹੜਾ ਤੁਸੀਂ ਸਾਡੀਆਂ ਮੰਗਾਂ ਚੱਕਣ ਵਾਸਤੇ ਜਿਹੜੇ ਅੱਜ ਆਏ ਹੋ। ਪਹਿਲਾਂ ਤੁਹਾਨੂੰ ਬੇਸਿਕ ਸਾਡਾ ਜੁਆਇੰਟ ਟੀਚਰ ਐਸੋਸੀਏਸ਼ਨ ਦੀ ਜਿਹੜੀ ਸਟਰਕਚਰ ਹੈ ਉਹ ਦੱਸੀਏ। ਇਹਦੇ ਵਿੱਚ ਜਿਹੜਾ ਕੀ ਹੈ, ਪੰਜਾਬ ਹਰਿਆਣੇ ਦੇ ਸਾਰੇ ਜਿਹੜੇ ਟੀਚਰ ਹੈ, UT ਕੈਡਰ ਚੰਡੀਗੜ੍ਹ ਦੇ ਟੀਚਰ, ਔਰ UT ਦੇ ਸਾਡੇ SSA ਕੈਡਰ ਦੇ ਕੰਟਰੈਕਟ ਕੰਪਿਊਟਰ ਟੀਚਰ ਅਤੇ ਸਾਡੇ ਕਾਊਂਸਲਰ, ਇਹ ਸਾਰਿਆਂ ਦੀ ਸਾਡੀ ਇੱਕੋ ਵਾਹਿਦ ਸੰਸਥਾ ਹੈ ਚੰਡੀਗੜ੍ਹ ਦੇ ਵਿੱਚ, ਫਸਟ ਟਾਈਮ ਜਿਹੜੀ ਹੈ ਸਾਰਿਆਂ ਦੀ ਇਕੱਠੀ ਬਣੀ। ਨਾਲ ਮੈਂ ਪੰਜਾਬ ਅਤੇ ਹਰਿਆਣਾ ਜਿਹੜੇ ਡੈਪੂਟੇਸ਼ਨ ਇੰਪਲਾਈ 60-40 ਦੀ ਰੇਸ਼ੋ ਹੈ ਉਹਦਾ ਪ੍ਰਧਾਨ ਵੀ ਹਾਂ। ਉਸ ਤੋਂ ਬਾਅਦ ਅਸੀਂ ਇੱਕ ਉਪਰਾਲਾ ਕਰਕੇ ਇੱਕ ਜੁਆਇੰਟ ਜਿਹੜਾ ਹੈ ਇਹ ਫੋਰਮ ਅਸੀਂ ਬਣਾਇਆ। ਇਹਦੇ ਵਿੱਚ ਸਾਡਾ ਵੱਧ ਤੋਂ ਜਿਹੜੀਆਂ ਮੇਨ ਮੰਗਾਂ ਹੈ ਸਾਡੇ ਪੰਜਾਬ ਅਤੇ ਹਰਿਆਣਾ ਦੇ ਜਿਹੜੇ ਇੰਪਲਾਈ ਹੈ, ਗੌਰਮੈਂਟ ਆਫ ਇੰਡੀਆ ਦੀ ਸਿੱਧੀ DOPT ਦੀ ਗਾਈਡਲਾਈਨਸ ਹੈ ਵੀ ਜਦੋਂ ਇੱਥੇ ਜਿਹੜਾ ਆ ਗਿਆ ਉਹਨਾਂ ਨੂੰ ਡੈਪੂਟੇਸ਼ਨ ਅਲਾਉ, ਜਿਹੜੇ ਡੀਅਰਨੈਸ ਅਲਾਊਂਸ ਹੈ ਉਹ ਸੈਂਟਰ ਦੇ ਅਕੋਰਡਿੰਗ ਮਿਲੇਗਾ, ਜਿਹੜਾ ਸਾਨੂੰ 2 ਸਾਲ ਦਾ ਨਹੀਂ ਮਿਲ ਰਿਹਾ ਸੀ। ਇੱਕ ਮੇਨ ਮੰਗ ਇਹ ਹੈ। ਇੱਕ ਮੇਨ ਸਾਡਾ ਜਿਹੜੇ ਸਾਡਾ SSA ਕੈਡਰ ਹੈ, ਜਿਹੜਾ ਸਭ ਤੋਂ ਵੱਡਾ ਸਫਰ ਕੈਡਰ ਹੈ ਇੱਥੇ, ਉਹਨਾਂ ਦੀਆਂ ਪਿਛਲੇ 2 ਸਾਲਾਂ ਦਾ DA ਏਰੀਅਰ ਘੱਟੋ ਘੱਟ 1.5-1.5 ਲੱਖ ਰੁਪਇਆ ਇੱਕ ਇੱਕ ਟੀਚਰ ਦਾ ਜਿਹੜਾ ਹੈ ਉਹ ਰੁਕਿਆ ਹੋਇਆ। ਉਸ ਤੋਂ ਬਾਅਦ ਜਿਹੜਾ UT ਕੈਡਰ ਦਾ ਸਾਡਾ ਜਿਹੜਾ ਰੈਗੂਲਰ ਇੰਪਲਾਈ ਹੈ ਉਹਦੀ ਪ੍ਰਮੋਸ਼ਨਾਂ ਰੁਕੀਆਂ ਹੋਈਆਂ, ਔਰ ਇਹ ਸਾਰਾ ਸਾਡੇ ਮਹਿਕਮੇ ਦੇ ਵਿੱਚ ਨਹੀਂ ਰੁਕਿਆ, ਸਰਕਾਰ ਦਾ ਮਤਲਬ ਕੀ ਹੈ, ਸੈਕਟਰੀ ਲੈਵਲ 'ਤੇ ਇਹ ਸਾਡੇ ਸਾਰੇ ਕੰਮ ਰੁਕੇ ਹੋਏ। ਅਤੇ ਬਹੁਤ ਸਾਰੀਆਂ ਜਿਹੜੀਆਂ ਐਡਮਿਨਿਸਟ੍ਰੇਟਿਵ ਲੈਵਲ ਦੇ ਵਿੱਚ ਜਿਹੜੇ ਐਗਮੈਂਟ ਕੈਡਰ ਦੇ ਕੁਛ ਜਿਹੜੇ IAS ਅਫਸਰ ਇੱਥੇ ਆਏ ਹੈ, ਉਹ ਜਿਹੜਾ ਸਭ ਤੋਂ ਵੱਡਾ ਇੱਕ ਘਾਣ ਪੰਜਾਬ ਅਤੇ ਹਰਿਆਣਾ ਦਾ ਜਿਹੜਾ 60-40 ਦਾ ਹੱਕ ਹੈ ਉਹਦੇ ਵਿੱਚ ਰੇਸ਼ੋ ਦੇ ਵਿੱਚ ਘਾਣ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰ ਰਹੇ ਹੈ। ਅਤੇ ਅਸੀਂ ਉਹਦੇ ਵਾਸਤੇ ਵੀ ਸਰ ਸਾਡੇ ਜਿਹੜੇ ਚੰਡੀਗੜ੍ਹ ਦੇ ਵੀ ਲੋਕ ਹੈ ਜਿਹੜੇ ਸਮਝਦਾਰ ਟੀਚਰ ਨੇ, ਉਹ ਵੀ ਉਹ ਕਹਿੰਦੇ ਮੈਕਸੀਮਮ ਅਸੀਂ ਸਾਡਾ ਪੰਜਾਬ ਜਿਹੜਾ, ਪੰਜਾਬ ਦੀ ਸਾਡੀ ਰਾਜਧਾਨੀ ਹੈ ਔਰ ਪੰਜਾਬ ਦੀ ਸਟੇਟ ਨਾਲ ਅਸੀਂ ਰਹਿਣਾ ਚਾਹੁੰਦੇ ਹਾਂ। ਅਤੇ ਇਸ ਕਰਕੇ ਸਾਨੂੰ ਪੰਜਾਬ ਸਕੇਲ ਵੀ ਜਿਹੜਾ ਇਹਨਾਂ ਨੇ ਹੱਟ ਕੇ ਸੈਂਟਰ ਸਕੇਲ ਦਿੱਤਾ ਉਹ ਗਲਤ ਦਿੱਤਾ। ਸਾਡੇ ਚੰਡੀਗੜ੍ਹ ਦੇ ਟੀਚਰਾਂ ਦੇ ਨਾਲ, ਇੰਪਲਾਈ ਦੇ ਨਾਲ ਵੀ ਬਹੁਤ ਵੱਡਾ ਧੱਕਾ, ਉਹਦੇ ਨਾਲ ਤਾਂ ਨਾਲ ਆਪਣੀ ਪੰਜਾਬ ਸਟੇਟ ਦੇ ਨਾਲ ਤਾਂ ਧੱਕਾ ਹੈ ਹੀ ਹੈ, ਸਭ ਤੋਂ ਵੱਡਾ ਚੰਡੀਗੜ੍ਹ ਦੇ ਇੰਪਲਾਈ ਦੇ ਨਾਲ ਬਹੁਤ ਵੱਡਾ ਧੱਕਾ, ਬਹੁਤ ਵੱਡਾ ਨੁਕਸਾਨ। ਔਰ ਤੁਸੀਂ ਦੇਖੋਗੇ ਆਉਣ ਵਾਲੇ ਟਾਈਮ ਦੇ ਵਿੱਚ ਔਰ ਵੱਡਾ ਐਜੀਟੇਸ਼ਨ ਜਿਹੜਾ ਹੈ ਇਹ ਸੈਂਟਰ ਪੇ ਸਕੇਲ ਦੇ ਖਿਲਾਫ ਜਿਹੜਾ ਚੰਡੀਗੜ੍ਹ ਦੇ ਵਿੱਚ ਸਟਾਰਟ ਹੋਏਗਾ। ਦੂਜਾ ਜਿਹੜਾ ਤੁਹਾਨੂੰ ਜਿਹੜਾ ਮੇਨ ਜਿਹੜਾ ਮੈਂ ਮੁੱਦਾ ਦੱਸਣ ਲੱਗਿਆ ਵੀ ਜਦੋਂ ਦਾ ਇਹ ਟੈਂਪਰੇਰੀ UT ਬਣਿਆ ਸੀ 1976 ਤੱਕ ਕਾਂਗਰਸ ਦੇ ਮੁੱਖ ਮੰਤਰੀ ਰਹੇ 1966 ਤੋਂ ਲੈ ਕੇ। ਮੈਂ ਓਫੀਸ਼ੀਅਲ ਰਿਕਾਰਡ RTI ਦੇ ਐਡਮਿਨਿਸਟ੍ਰੇਟਰ ਦੇ ਲੈ ਕੇ ਆਇਆ। ਤੁਸੀਂ ਜਾਣ ਕੇ ਬੜੀ ਹੈਰਾਨਗੀ ਹੋਏਗੀ, ਤੁਹਾਨੂੰ ਪੰਜਾਬ ਦੀ ਹੱਕ ਵਾਸਤੇ ਸਭ ਤੋਂ ਪਹਿਲਾਂ ਅਗਰ ਓਬਜੈਕਸ਼ਨ ਉਠਾ ਕੇ ਮੰਗ ਉਠਾਈ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ। ਤੁਸੀਂ ਇਮੇਜਿਨ ਨਹੀਂ ਕਰ ਸਕਦੇ ਇੰਨੇ DO ਲੈਟਰ, ਇੰਨੀਆਂ ਕਮਿਊਨੀਕੇਸ਼ਨਾਂ ਹੋਮ ਮਿਨਿਸਟਰ ਨੂੰ, ਪ੍ਰਧਾਨ ਮੰਤਰੀ ਨੂੰ, ਜਿੰਨੇ ਵੀ ਡਿਫਰੈਂਟ ਚੀਫ ਸੈਕਟਰੀ ਨੇ ਲਿਖੇ, ਔਰ ਡਿਟੇਲ ਦੇ ਵਿੱਚ ਬਹੁਤ ਕੁਛ ਹੈ। ਉਸ ਤੋਂ ਆਪਾਂ ਕਦੇ ਦੁਬਾਰਾ ਮੌਕਾ ਮਿਲਿਆ ਤਾਂ ਤੁਹਾਨੂੰ ਇੱਕ ਇਕੱਲੇ ਮੁੱਦੇ 'ਤੇ ਜਿਹੜਾ ਹੈ ਉਹ ਕਰਨਾ ਚਾਹਾਂਗਾ। ਉਸ ਤੋਂ ਪਹਿਲਾਂ ਇੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਮੈਕਸੀਮਮ ਦੇਖੋ 90% ਕੰਟਰੀਬਿਊਸ਼ਨ ਉਹਨਾਂ ਦਾ ਰਿਹਾ। ਉਸ ਤੋਂ ਬਾਅਦ ਸਿਰਫ 2 CM ਹੋਰ ਹੈ ਜਿਹਨੇ ਪੰਜਾਬ ਦੇ ਹੱਕ ਵਾਸਤੇ ਗੱਲ ਕੀਤੀ ਹੈ ਚੰਡੀਗੜ੍ਹ ਵਾਸਤੇ, ਇੱਕ ਸਰਦਾਰ ਕੈਪਟਨ ਅਮਰਿੰਦਰ ਸਿੰਘ ਜੀ ਨੇ, ਔਰ ਦੂਜਾ ਹੋਣ ਵਾਲੇ CM ਸਰਦਾਰ ਭਗਵੰਤ ਸਿੰਘ ਮਾਨ ਜੀ ਨੇ। ਇਹਨਾਂ ਭਗਵੰਤ ਸਿੰਘ ਮਾਨ ਜੀ ਨੇ ਵੀ ਲਗਾਤਾਰ 2023 ਦੇ ਵਿੱਚ 2 DO ਲੈਟਰ ਲਿਖੇ, ਔਰ ਹੁਣ ਵੀ ਲਿਖੇ ਕੈਪਟਨ ਅਮਰਿੰਦਰ ਸਿੰਘ ਜੀ ਨੇ। ਵਿਚਕਾਰ ਜਿਹੜੇ ਪਹਿਲਾਂ ਜੋ ਵੀ CM ਰਹੇ ਸਾਡੇ ਪੰਜਾਬ ਦਾ ਬਹੁਤ ਵੱਡਾ ਮਤਲਬ ਸਾਨੂੰ ਅਸੀਂ ਨਾ ਮੱਧ ਭਾਗੇ ਹਾਂ
ਵੀ ਪੰਜਾਬ ਦੇ ਹੱਕ ਵਾਸਤੇ ਕਦੇ 66 ਤੋਂ ਲੈ ਕੇ 76 ਤੱਕ ਤਾਂ ਜਿੰਨੇ ਵੀ ਸੀ ਐਮ ਰਹੇ ਕਿਸੇ ਨੇ ਇੱਕ ਵੀ ਓਬਜੈਕਸ਼ਨ ਨਹੀਂ ਚੱਕਿਆ, ਔਰ ਪੰਜਾਬ ਦੇ ਹੱਕ ਜਿਹੜੇ ਆ ਉਹ ਲਗਾਤਾਰ ਖੋਏ ਜਾ ਰਹੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡੀ ਡਿਸਕਲੋਜ਼ ਕਰਾਂਗਾ ਇਹ ਔਰ ਕੀ ਪਲੈਨਿੰਗ ਜਾ ਰਹੀ ਹੈ। ਮੈਂ ਪੰਜਾਬ ਦੀ ਸਾਰੀ ਰਾਜਨੀਤਿਕ ਪਾਰਟੀਆਂ ਜਿਹੜੀਆਂ ਅੱਜ ਆਲਮੋਸਟ ਮਰੀਆਂ ਪਈਆਂ ਹੋਈਆਂ, ਜਿਹੜੇ ਸਿਰਫ ਬੇਲੋੜੇ ਇਸ਼ੂਜ਼ 'ਤੇ ਜਾ ਕੇ ਨਾ ਉਹ ਬੋਲ ਰਹੀਆਂ ਨੇ, ਜਿਹੜੇ ਅਸਲੀ ਇਸ਼ੂ ਹੈ ਉਹਦੇ 'ਚ ਬੋਲ ਨਹੀਂ ਰਹੇ। ਔਰ ਖਾਸ ਕਰਕੇ ਪੰਜਾਬ ਬੀਜੇਪੀ ਨੂੰ ਮੈਂ ਖਾਸ ਕਰਕੇ ਤੁਹਾਡੇ ਚੈਨਲ ਰਾਹੀਂ ਕਰਨ ਲੱਗਿਆ, ਚੌਧਰੀ ਸੁਨੀਲ ਕੁਮਾਰ ਜਾਖੜ ਜੀ ਮੇਰੇ ਏਰੀਏ ਦੇ ਪ੍ਰਧਾਨ ਨੇ, ਬੜੇ ਅੱਛੇ ਨੇ, ਪੰਜਾਬੀਅਤ ਨੇ ਉਹਨਾਂ ਦੇ ਦਿਲ ਦੇ ਵਿੱਚ ਵਸੀ ਹੋਈ ਹਕੀਕਤ ਹੈ। ਉਹਨਾਂ ਨੂੰ ਤੁਹਾਡੇ ਚੈਨਲ ਦੇ ਰਾਹੀਂ ਮੈਂ ਫਿਰ ਮੰਗ ਕਰ ਰਿਹਾ ਵੀ ਤੁਸੀਂ ਤੁਹਾਡੀ ਸੈਂਟਰ ਗੌਰਮੈਂਟ ਦੇ ਨਾਲ ਜਿਹੜਾ ਵਾਰ ਵਾਰ ਛੋਟੇ ਛੋਟੇ ਤਰੀਕੇ ਦੇ ਨਾਲ ਕਾਰਨ ਕਰ ਰਹੇ, ਮੇਰੇ ਕੋਲ ਓਫੀਸ਼ੀਅਲ ਰਿਕਾਰਡ ਹੈ, ਵਿਦਆਊਟ ਰਿਕਾਰਡ ਡਾਕੂਮੈਂਟਸ ਮੈਂ ਗੱਲ ਨਹੀਂ ਕਰ ਰਿਹਾ ਜੀ। ਸਿਰਫ 3 ਸੀਐਮ ਨੇ, ਫਿਰ ਮੈਂ ਦੱਸਿਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਜੀ ਔਰ ਸਰਦਾਰ ਭਗਵੰਤ ਸਿੰਘ ਮਾਨ, ਇਹਨਾਂ ਤਿੰਨਾਂ ਨੇ। ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਬਹੁਤ ਹੀ ਵੱਡੀ ਜੰਗ ਲੜੀ ਹੈ ਪੰਜਾਬ ਦੇ ਹੱਕਾਂ ਵਾਸਤੇ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ, ਅਤੇ ਦੇਖੋ ਅੱਜ ਉਹਨਾਂ ਦੀ ਮੈਂ ਰੱਬ ਅੱਗੇ ਅਰਦਾਸ ਕਰਦਾ ਵੀ ਉਹਨਾਂ ਦੀ ਆਤਮਾ ਨੂੰ ਸਵਰਗ ਦੇ ਵਿੱਚ ਜਿਹੜਾ ਹੈ ਉਹ ਸ਼ਾਂਤੀ ਦੇਵੇ। ਅਤੇ ਇਹ ਮੇਨ ਮੁੱਦੇ ਸੀ, ਬਾਕੀ ਸਾਡੇ ਯੂਟੀ ਕੈਡਰ ਦੇ ਜਿਹੜੇ ਹੈ ਉਹਨਾਂ ਦੀ ਪ੍ਰਮੋਸ਼ਨਾਂ ਦਾ ਮੁੱਦਾ, ਸਾਡੇ SS ਕੈਡਰ ਦਾ ਏਰੀਅਰ ਦਾ ਮੁੱਦਾ ਹੈ, ਔਰ ਇਹ ਜਿਹੜੇ ਮੇਨ ਮੁੱਦੇ ਹੈ ਉਹਨਾਂ ਦੇ ਅਗੇਂਸਟ ਅੱਜ ਅਸੀਂ ਜਿਹੜਾ ਹੈ ਉਹ ਪਿਛਲੇ ਲਗਾਤਾਰ ਅਸੀਂ 6 ਮਹੀਨਿਆਂ ਤੋਂ ਕਰ ਰਹੇ ਸੀ, ਹੁਣ ਅਸੀਂ ਫੇਰ ਜਿਹੜਾ ਹੈ ਉਹ ਲੈ ਕੇ ਜਿਹੜਾ ਹੈ ਉਹ ਜਾ ਰਹੇ। ਮੀਟਿੰਗ ਨਹੀਂ ਹੋਈ ਪ੍ਰਸ਼ਾਸਨ ਦੇ ਨਾਲ? ਪ੍ਰਸ਼ਾਸਨ ਦੇ ਨਾਲ ਅਸੀਂ ਬਹੁਤ ਵਾਰ ਮੀਟਿੰਗ ਕਰ ਚੁੱਕੇ ਹਾਂ, 4 ਵਾਰ ਐਡਵਾਈਜ਼ਰ ਸਰ ਦੇ ਨਾਲ ਕਰ ਚੁੱਕੇ ਹਾਂ, ਪਰ ਉਹਦਾ ਕੋਈ ਫਰੂਟਫੁੱਲ ਰਿਜ਼ਲਟ ਅਜੇ ਤੱਕ, ਕੁਛ ਮੰਗਾਂ ਹੱਲ ਹੋਈਆਂ ਵੀ ਹੈ ਪਰ ਮੈਕਸੀਮਮ ਵੱਡੀਆਂ ਮੇਜਰ ਮੰਗਾਂ ਜਿਹੜੀਆਂ ਹੈ ਉਹ ਸਾਡੀਆਂ ਪੈਂਡਿੰਗ ਹੈ। ਹੁਣ ਅਗਲਾ ਐਕਸ਼ਨ ਕੀ ਰਹੇਗਾ ਜੀ? ਹੁਣ ਅਗਲਾ ਐਕਸ਼ਨ 15 ਦਿਨਾਂ ਦਾ ਅਲਟੀਮੇਟਮ ਅੱਜ ਦਿਆਂਗੇ ਅਸੀਂ, ਅੱਜ ਕੁਛ ਵੀ ਅਸੀਂ ਕਰਾਂਗੇ, ਉਸ ਤੋਂ ਬਾਅਦ ਅਸੀਂ ਲਗਾਤਾਰ ਭੁੱਖ ਹੜਤਾਲ ਵੀ ਸਟਾਰਟ ਕਰਾਂਗੇ, ਗਵਰਨਰ ਹਾਊਸ ਦਾ ਵੀ ਕੂਚ ਕਰਾਂਗੇ, ਸੈਕਟਰੀਏਟ ਵੀ ਕਰਾਂਗੇ, ਪੰਜਾਬ ਦੇ ਹਰਿਆਣੇ ਦੇ ਹੱਕਾਂ ਨੂੰ ਪ੍ਰੋਟੈਕਟ ਕਰਾਂਗੇ, ਯੂਟੀ ਕੈਡਰ ਦੇ ਟੀਚਰਾਂ ਦੀ ਸਮੱਸਿਆ ਨੂੰ ਹੱਲ ਕਰਾਂਗੇ, ਪ੍ਰਮੋਸ਼ਨ ਕਰਾ ਕੇ ਛੱਡਾਂਗੇ, SSA ਕੈਡਰ ਦੇ ਜਿਹੜਾ ਸਾਡਾ ਏਰੀਅਰ ਹੈ ਉਹ ਅਸੀਂ ਲੈ ਕੇ ਛੱਡਾਂਗੇ। ਉਦੋਂ ਤੱਕ ਇਹ ਮੰਗਾਂ ਸਾਡੀਆਂ ਪੂਰੀ ਨਹੀਂ ਹੁੰਦੀ, ਅਸੀਂ ਹੁਣ ਪਿੱਛੇ ਨਹੀਂ ਹਟਾਂਗੇ, ਹੁਣ ਅਸੀਂ ਕੰਟੀਨਿਊਸ ਹਰ 15 ਦਿਨਾਂ ਬਾਅਦ ਜਿਹੜਾ ਹੈ ਉਹ ਕੰਟੀਨਿਊਸ ਚੱਲੇ। ਤਸਵੀਰ ਦੇਖੋ ਜੀ, ਇਹ ਤਸਵੀਰ ਚੰਡੀਗੜ੍ਹ ਸੈਕਟਰ 20 ਦੀ ਹੈਗੀ ਆ, ਮਸਜਿਦ ਗਰਾਊਂਡ ਦੇ ਵਿੱਚ ਇਹ ਪ੍ਰੋਟੈਸਟ ਚੱਲ ਰਿਹਾ ਵੱਡੀ ਗਿਣਤੀ ਦੇ ਵਿੱਚ ਇਕੱਠ ਹੋਇਆ। ਹਾਲਾਂਕਿ ਹੱਕਾਂ ਦੇ ਲਈ ਕਈ ਵਾਰ ਮੀਟਿੰਗ ਵੀ ਹੋ ਚੁੱਕੀ ਹੈ ਲੇਕਿਨ ਮੀਟਿੰਗ ਦਾ ਕੋਈ ਫਰੂਟਫੁੱਲ ਸਿੱਟਾ ਨਹੀਂ ਨਿਕਲਿਆ, ਤਾਂ ਅੱਜ ਇੱਕ ਵਾਰ ਫਿਰ ਤੋਂ ਜਿਹੜੇ ਤਮਾਮ ਇਹ ਟੀਚਰਸ ਨੇ ਇਹ ਇਕੱਠੇ ਹੋਏ ਨੇ। ਹਾਲਾਂਕਿ 15 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ, ਨਹੀਂ ਅਗਰ ਮੰਗ ਪੂਰੀ ਹੁੰਦੀ ਤਾਂ ਅੱਗੇ ਇੱਕ ਵੱਡਾ ਜਿਹੜਾ ਰੋਸ ਹੈ ਉਹ ਐਲਾਨਿਆ ਜਾਏਗਾ। ਕੈਮਰਾਮੈਨ ਤੁਸੀਂ ਮਹਿਰਾ ਦੇ ਨਾਲ ਰਵਿੰਦਰ ਵੀਰ, PTC ਨਿਊਜ਼ ਚੰਡੀਗੜ੍ਹ।